ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਦਰ ਜਾਨਵਰਾਂ ਦੀ ਉਦਾਹਰਣਾ ਦੇ ਦੇ ਕੇ ਬੰਦੇ ਨੂੰ ਵਫਾਦਾਰੀ ਸਮਝਾਈ ਗਈ ਹੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਬਚਨ ਹੈ Swami ko greho jao sada swaan da jatt nai nit nanak eh bidhar pajo ek man hoye ek chit ਕਿ ਜਿਵੇਂ ਇੱਕ Swami ਦਾ ਦਰ ਉਦੇ ਘਰ ਦਾ ਰੱਖਿਆ ਹੋਇਆ ਕੁੱਕਰ ਜਿਹੜਾ ਹੈ ਆਪਣੇ ਸੌਮੀ ਦਾ ਦਰ ਨਹੀਂ ਛੱਡਦਾ ਕਿ ਹੇ ਪਿਆਰੇ ਤੂੰ ਵੀ ਉਹਦੇ ਵੱਲ ਵੇਖ ਕੇ ਥੋੜੀ ਜਿਹੀ ਵਫਾਦਾਰੀ ਸਿੱਖ ਲੈ ਹੁਣ ਮਾਲਕ ਜਿਹੜਾ ਹੈ ਇਸ ਵਕਤ ਰਾਤ ਦੇ 10 ਵੱਜ ਚੁੱਕੇ ਨੇ ਔਰ ਇਹ ਆਪਣੇ ਮਾਲਕ ਨੂੰ ਦੁਕਾਨ ਤੋਂ ਘਰੋਂ ਦੀ ਲੈਣ ਵਾਸਤੇ ਆਇਆ ਕਿਉਂਕਿ ਮਾਲਕ ਇਹਦਾ ਘਰ ਨਹੀਂ ਪਹੁੰਚਿਆ ਔਰ ਘਰ ਨਹੀਂ ਪਹੁੰਚਿਆ ਮਾਲਕ ਕਿਤੇ ਤੇ ਹੁਣ ਇਹਦਾ ਮਾਲਕ ਕਿਤੇ ਹੋਰ ਥਾਂ ਤੇ ਕੋਈ ਕਾਜ ਕਰ ਕਰਨ ਗਿਆ ਹੋਇਆ ਉਥੋਂ ਦੇਰ ਹੋ ਗਈ ਹਜੇ ਤੱਕ ਆਇਆ ਨਹੀਂ ਹੁਣ ਇਹ ਮਾਲਕ ਦਾ ਇੰਨਾ ਵਫਾਦਾਰ ਹੈ ਵੀ ਤੁਸੀਂ ਦੇਖੋ ਭਾਵੇਂ ਉਹਨੂੰ 11 ਵਜਣ ਭਾਵੇਂ ਉਹਨੂੰ 12 ਵਜਣ ਪਰ ਜਿੰਨੀ ਦੇਰ ਤੱਕ ਉਹ ਆਏਗਾ ਨਹੀਂ ਉਨੀ ਦੇਰ ਤੱਕ ਇਹਨੇ ਦੁਕਾਨ ਤੋਂ ਹਟਣਾ ਨਹੀਂ ਇਹਨੇ ਆਪਣੇ ਮਾਲਕ ਨੂੰ ਲੈ ਕੇ ਘਰ ਤਾਂ ਹੀ ਜਾਣਾ ਇੱਥੇ ਭਾਵੇਂ ਮੀਂਹ ਵਸੇ ਭਾਵੇਂ ਹਨੇਰੀ ਭਾਵੇਂ ਗੜੇ ਪੈਣ ਪਾਵੇਂ ਕੁਝ ਵੀ ਹੋਵੇ ਜਦ ਤੱਕ ਇਹਦਾ ਮਾਲਕ ਘਰ ਨਹੀਂ ਆਣਾ ਉਨੀ ਦੇਰ ਉਨੀ ਦੇਰ ਤੱਕ ਇਹਨੇ ਵੀ ਆਪਣੇ ਘਰ ਨਹੀਂ ਜਾਣਾ ਉਹ ਨਾਲ ਦਾ ਜਿਹੜਾ ਕੁੱਕਰ ਹੈ ਉਹਨੂੰ ਤੰਗ ਕਰਨ ਵਾਸਤੇ ਆ ਗਿਆ ਇਸ ਕਰਕੇ ਥੋੜਾ ਦੌੜ ਪਿਆ ਇਹਨੇ ਫਿਰ ਵਾਪਸ ਆ ਜਾਣਾ ਹੁਣ ਇਹ ਆਪਣੇ ਮਾਲਕ ਦੀ ਦੁਕਾਨ ਤੇ ਇਹਨੇ ਫਿਰ ਵਾਪਸ ਆ ਜਾਣਾ ਉਦੋਂ ਹੀ ਜਾਏਗਾ ਜਦੋਂ ਇਹਨੇ ਆਪਣੇ ਮਾਲਕ ਨੂੰ ਵੇਖ ਲਿਆ ਤੇ ਉਹਨੂੰ ਨਾਲ ਲੈ ਕੇ ਜਦੋਂ ਘਰ ਗਿਆ ਇਹ ਨੂੰ ਹੁਣੀ ਦੇਰ ਤੱਕ ਨਿੰਦਰ ਨਹੀਂ ਪਣੀ ਆ ਦੇਖੋ ਆ ਸਿਆਣਬ ਦੇਖੋ ਇਹ ਵਫਾਦਾਰੀ ਦੇਖੋ ਬਿਲਕੁਲ ਉਸੇ ਦੁਕਾਨ ਤੇ ਜਾ ਕੇ ਨੇ ਉੱਥੇ ਜਾ ਕੇ ਫਿਰ ਬਹਿ ਜਾਣਾ ਇਹਨੇ ਆ ਹੁੰਦੀ ਵਫਾਦਾਰੀ ਉਹ ਪਿਆਰੇ ਬੰਦੇ ਆ ਵੇਖ ਲੈ ਬਾਬੇ ਬੁੱਲੇ ਸ਼ਾਹ ਨੇ ਇੰਜ ਨਹੀਂ ਆਖਿਆ ਉਹ ਕਹਿੰਦੇ ਕਿ ਮਾਲਕ ਆਪਣੇ ਦਾਦਰ ਮੂਲ ਨਾ ਛੱਡ ਦੇ ਭਾਵੇਂ 100-100 ਵੱਜਣ ਜੁੱਤੇ ਉੱਠ ਬੱਲਿਆ ਚੱਲ ਪੀਲ ਮਰ ਪੀਰ ਮਨਾ ਲੈ ਨਹੀਂ ਤਾਂ ਬਾਜੀ ਲੈ ਕੇ ਕੁੱਤੇ ਉਹ ਪਿਆਰਿਆ ਤੇਰੇ ਨਾਲ ਕਿਤੇ ਕੁੱਤੇ ਬਾਜੀ ਨਾ ਲੈ ਜਾਣ ਦੇਖ ਜਿਵੇਂ ਆਪਣੇ ਮਾਲਕ ਦੀ ਵਫਾਦਾਰੀ ਕਰਕੇ ਆਪਣੇ ਮਾਲਕ ਦਾ ਕਿੰਨਾ ਸੋਚਦਾ ਹੈ ਪਿਆਰਿਆ ਤੂੰ ਆਪਣੇ ਮਾਲਕ ਉਸ ਅਕਾਲਪੁਰਖ ਪਰਮਾਤਮਾ ਦੀਆਂ ਸਿਫਤਾਂ ਗਾਇਆ ਕਰ ਪਿਆਰਿਆ ਉਹਦੇ ਦਰ ਤੇ ਇੰਜ ਬਹਿ ਜਾ ਜਿਵੇਂ ਕੋਕਰ ਆਪਣੇ ਮਾਲਕ ਦੇ ਸਾਈਂ ਦੇ ਦਰ ਤੇ ਬੈਠਾ ਹੈ ਜਿਵੇਂ ਵਫਾਦਾਰ ਵਫਾਦਾਰੀਆਂ ਨਿਭਾਉਂਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਤਾ ਕਰ ਸਾਰਿਆਂ ਨੂੰ ਸਮਾਦਿਆ ਦਾਤਾ ਤੇ ਸਾਨੂੰ ਵੀ ਇਹਨਾਂ ਪ੍ਰਾਣੀਆਂ ਤੋਂ ਕੁਝ ਵਫਾਦਾਰੀ ਬਾਰੇ ਸਿੱਖਣ ਦਾ ਸਾਨੂੰ ਵੀ ਕੋਈ ਚੱਜ ਆ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ